ਉਸ ਸਕੂਲ ਦੇ ਹੁਣ ਤੱਕ ਸੁਪਨੇ ਲੈਂਦੀਆਂ ਗੁੰਮ ਗਿਆ ਕੁਝ ਉੱਥੇ ਲੱਭਦੀ ਰਹਿੰਦੀਆਂ ਜਿਹਦੇ ਨਾਲ ਸੀ ਜ਼ਿੰਦਗੀ ਚ ਲੋ ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ ਜੰਦਰੇ ਨੂੰ ਲੱਗ ਜਾਵੇ ਜੰਗਾਲ ਤੰਗ ਕਰਦਾ ਯਾਰ ਵੇਲੇ ਰੂਹ ਦਾ ਕੰਗਾਲ ਤੰਗ ਕਰਦਾ ਭਾਈ ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ ਲਾਲਚ ਤੇ ਸਾੜਾ ਲਾਲਚ ਤੇ ਸਾੜਾ ਗੁੱਸਾ ਈਰਖਾ ਹਰੇਕ ਜਗ੍ਹਾ ਕੋਈ ਪੈ ਗਿਆ ਮੁਹੱਬਤਾਂ ਦਾ ਕਾਲ ਤੰਗ ਕਰਦਾ ਜਵਾਨੀ ਵਿੱਚ ਇਹਨੂੰ ਕਦੇ ਰੱਬ ਨਹੀਂ ਯਾਦ ਆਉਂਦਾ ਬੁਢਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ ਮਿਲੇਗਾ ਜੇ ਮਾਲ ਬੜੇ ਚੀਕਦੇ ਟਰੱਕਾਂ ਵਾਲੇ ਮੈਂ ਲੋੜ ਦੀ ਗੱਲ ਕਰਦਾ ਮਿਲੇ ਨਾ ਜੇ ਮਾਲ ਬੜੇ ਚੀਕਦੇ ਟਰੱਕਾਂ ਵਾਲੇ ਭਾਈ ਅਮਲੀ ਦਾ ਮੁੱਕ ਜਾਵੇ ਮਾਲ ਔਜਲਾ ਸਾਹਿਬ ਅਮਲੀ ਦਾ ਮੁੱਕ ਜਾਵੇ ਮਾਲ ਤੰਗ ਕਰਦਾ ਆਸ਼ਕ ਨਲਾਇਕ ਨੇ ਆਸ਼ਕ ਨਲਾਇਕ ਨੇ ਮਸ਼ੂਕਾ ਹੁਸ਼ਿਆਰ ਅੱਖਾਂ ਰਾਹੀਂ ਪਾਉਂਦੀਆਂ ਸਵਾਲ ਤੰਗ ਕਰਦਾ ਘੁੱਟੀ ਚਾਰੇ ਪਾਸਿਓਂ ਰਜਾਈ ਦਾ ਝੰਡ ਲੱਗੇ ਇਹਨਾਂ ਮੁਲਕਾਂ 'ਚ ਠੰਡ ਹੈ ਪਰ ਠੰਡ ਨੂੰ ਰੋਕਣ ਦਾ ਬੰਦੋਬਸਤ ਹੈ ਜੀ ਘਰਾਂ 'ਚ ਹੀਟ ਹੈ ਗੱਡੀਆਂ 'ਚ ਹੀਟ ਹੈ ਜਿੱਧਰ ਜਾਓਗੇ ਤਾਂ ਬੰਦੋਬਸਤ ਹੈ ਪਰ ਭਾਰਤ ਵਰਸ਼ ਮਹਾਨ ਵਿੱਚ ਪੰਜਾਬ 'ਚ ਜਿੰਨੀ ਠੰਡ ਹੈ ਸਾਰੀ ਗੱਡਾਂ 'ਚੋਂ ਲੰਘ ਜਾਂਦੀ ਉਹ ਨਹੀਂ ਰੁਕਦੇ ਇਸ ਕਰਕੇ ਉੱਥੇ ਰਜਾਈ ਵੀ ਨਹੀਂ ਸੜਦਾ ਖਾਸ ਕਰ ਜਦੋਂ ਪੋਹ ਮਹੀਨਾ ਚੜ੍ਹ ਗਿਆ ਤਾਂ ਹੀ ਮੈਨੂੰ ਲੱਗਾ ਪੁਰਾਣੇ ਬਜ਼ੁਰਗ ਪਾਠ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਈ ਹੁਣ ਚੜ੍ਹ ਗਿਆ ਪੋਹ ਹੁਣ ਚੜ੍ਹ ਗਿਆ ਪੋਹ ਅਤੇ ਹੁਣ ਬਚਣ ਗਏ ਉਹ ਜਿਹਨਾਂ ਨੂੰ ਰਜਾਈਆਂ ਭਾਰ ਗਈ ਰੋਸ਼ਨਾ ਪਵਾਲਾ 15 ਗ੍ਰਾਮ ਹੁੰਦੀ ਚਾਰੇ ਪਾਸੇ ਹੋ ਰਜਾਈ ਭਾਵੇਂ ਠੰਡ ਲੱਗੇ ਹੁੰਦੇ ਵੀ ਛੜੇ ਬੰਦੇ ਨੂੰ ਸਿਆਲ ਤੰਗ ਕਰਦਾ ਕਈ ਬੰਦਿਆਂ ਨੇ ਪੈਸਾ ਇੰਨਾ ਕੁ ਕਮਾ ਲਿਆ ਹੈ ਕਈ ਬੰਦਿਆਂ ਨੇ ਪੈਸਾ ਇੰਨਾ ਕੁ ਕਮਾ ਲਿਆ ਹੈ ਕੁਛ ਤੱਕ ਮੁੱਕਦਾ ਨਹੀਂ ਬੈਠ ਭਾਵੇਂ ਖਾਈ ਜਾਣ ਕਈਆਂ ਪੱਲੇ ਪੈਸਾ ਬੜਾ ਬੰਦਾ ਪੱਲੇ ਇੱਕ ਵੀ ਨਹੀਂ ਐਸਾ ਪੈਸਾ ਰੱਖਣਾ ਮੈਂ ਗੋਡੇ ਉੱਤੇ ਲਾਈ ਜਾਊਂ ਬੇਬੀ ਦੇ ਵਾਕਫ ਨੇ ਕਈ ਲੋਕ ਬੇਬੀ ਦੇ ਵਾਕਫ ਨੇ ਕਈ ਲੋਕ ਜਿਨ੍ਹਾਂ ਬੜੀ ਅੱਤ ਕਰਾਈ ਉਹ ਕਈਆਂ ਸਿਰਫ ਪੈਸਾ ਕਮਾਏ ਤੇ ਕਈਆਂ ਸਿਰਫ ਯਾਰੀ ਕਮਾਈ ਕਈਆਂ ਸਿਰਫ ਪੈਸਾ ਕਮਾਏ ਲੋਕ ਤੱਕ ਜਿਸ ਤਰ੍ਹਾਂ ਦੇ ਹੁੰਦੇ ਆ ਲੋਕ ਗੀਤਾਂ ਦੇ ਵੱਜ ਕੀ ਦਾਣੇ 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 ਗੱਲਾਂ ਸੱਚੀਆਂ ਨਹੀਂ ਕਰਨ ਸਿਆਣੇ ਤੁਹਾਡੇ ਵਰਗੇ ਸਿਆਣੇ ਆ ਸੱਜਣ ਕੋਲ ਮਿਲਣ ਦਾ ਮੌਕਾ ਮਿਲਦਾ ਉਹਨਾਂ ਗੱਲਾਂ ਨੂੰ ਪਕੜ ਕੇ ਅਸੀਂ ਗਾਣੇ ਜੋੜ ਦਿੰਦੇ ਗਾਣੇ ਸਾਰੇ ਤੁਹਾਡੇ ਹੁੰਦੇ ਇੱਕ ਫਿਰ ਆਪਣੇ ਆਪ ਦੇ ਤੁਹਾਨੂੰ ਮਾਰ ਦੱਸ ਦਾਣੇ ਹੋਈ ਖਰਾਬ ਵਰਗੇ
ਜਨਾਬ ਕਿਉਂ ਦੱਬਦੇ, ਕਿੰਨਾ ਚਿਰ ਦੱਬਦੇ, ਤੇ ਉਹ ਤੋਂ ਬਾਅਦ ਅਸਰ ਉਹਦਾ ਕੀ ਹੋਈ, ਨਸ਼ਾ ਕਿੰਨਾ ਵੱਧ। ਤੱਬੀ ਹੋਈ ਸ਼ਰਾਬ ਵਾਰੀ ਦੇ, ਤੱਬੀ ਹੋਈ ਸ਼ਰਾਬ ਵਾਰੀ ਦੇ, ਹੁੰਦੇ ਕੀ ਬੰਦੀ ਦੇ ਯਾਰ ਖੁਦਾਈ ਚੰਦ ਸ਼ੇਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ, ਸ਼ਾਇਦ ਤੁਹਾਨੂੰ ਅੱਛੇ ਲੱਗਣਗੇ।
ਕਿਉਂਕਿ ਅਗੇਨ ਮੈਂ ਫਿਰ ਕਹਿ ਰਿਹਾ ਮੈਨੂੰ ਫਿਰ ਲਿਸਟ ਬਦਲਣੀ ਪੈ ਰਹੀ ਹੈ ਜੀ।